ਸਸੀ ਬਾਪੂ ਜੀ ਸ੍ਰੀ ਅਕਾਲ ਜੀ ਕੀ ਨਾਮ ਆ ਬਾਪੂ ਜੀ ਤੁਹਾਡਾ ਕਸ਼ਮੀਰ ਸਿੰਘ ਜੀ ਪਿਤਾ ਜੀ ਦਾ ਕੀ ਨਾਮ ਆ ਸ੍ਰੀ ਗੁਰਜਤ ਸਿੰਘ ਦਾਦਾ ਜੀ ਦਾ ਸ੍ਰੀ ਕਾਨ ਸਿੰਘ ਤੇ ਪੜਦਾਦਾ ਜੀ ਦਾ ਵੀ ਯਾਦ ਆ ਹਾਂਜੀ ਸ੍ਰੀ ਵਸੰਦਾ ਸਿੰਘ ਠੀਕ ਹੈ ਬਾਬਾ ਸੱਸੇ ਨਿਕਲ ਸੱਸਾ ਟਿੱਪੀ ਦਾਦਾ ਵਸੰਦਾ ਸਿੰਘ ਵਸੰਦਾ ਸਿੰਘ ਠੀਕ ਹੈ ਅੱਜ ਬਾਪੂ ਜੀ ਜਿਹੜੇ ਪਿੰਡ 'ਚ ਬੈਠੇ ਆ ਇਹ ਪਿੰਡ ਦਾ ਕੀ ਨਾਮ ਆ ਇਹਦਾ ਨਾਮ ਹੈ ਬੈਕ ਖਾਸ ਬੈਕ ਖਾਸ ਹਾਂਜੀ ਕਿਹੜਾ ਜ਼ਿਲ੍ਹਾ ਹੈ ਵੈਸੇ ਬੈਕ ਖਾਸ ਬਾਅਦ ਹੈਗਾ ਬੈਕ ਬੋਦਲਾ ਬੋਦਲਾ ਦਾ ਪਿੰਡ ਸੀ ਮੁਹੰਮਦ ਸਰ ਸ਼ਾਹ ਮੁਹੰਮਦ ਬੋਦਲਾ ਸੀਗਾ ਗੋਤਾ ਨੇ ਬੋਦਲਿਆ ਨਹੀਂ ਜਿਵੇਂ ਆਪਣੇ ਸੰਧੂ ਨੇ ਫੁਲਾਣਾ ਗੋਤਾ ਬੋਦਲੇ ਬੋਲਦੇ ਨੇ ਠੀਕ ਹੈ ਜ਼ਿਲ੍ਹਾ ਕਿਹੜਾ ਪੈਂਦਾ ਬਾਪੂ ਜੀ ਇਹਨੂੰ ਇਹਨੂੰ ਹਾਂਜੀ ਇਹਨੂੰ ਫਾਜ਼ਿਲਕਾ ਜ਼ਿਲ੍ਹਾ ਜੀ ਠੀਕ ਹੈ ਅਤੇ ਮੰਡੀ ਕਿਹੜੀ ਨੇੜੇ ਲੱਗਦੀ ਹੈ ਮੰਡੀ ਫਾਜ਼ਿਲਕਾ ਲੱਗਦੀ ਜ਼ਿਆਦਾ ਨੇੜੇ ਤੋਂ ਠੀਕ ਹੈ ਇਹਦੇ ਆਸੇ ਪਾਸੇ ਹੋਰ ਕਿਹੜੇ ਕਿਹੜੇ ਪਿੰਡ ਨੇ ਇਹਦੇ ਪਿੰਡ ਨੇੜੇ ਨੇੜੇ ਜੀ ਹਾਂਜੀ ਨੇੜੇ ਸਭ ਤੋਂ ਵੱਡਾ ਥੇ ਕਲੰਦਰ ਪਿੰਡ ਹੈ ਜੀ ਥੇ ਕਲੰਦਰ ਜੀ ਹਾਂਜੀ ਹੋਰ ਸੈਦੂ ਕੇਠਾੜ ਗੁਲਾਮ ਰਸੂਲ ਠੀਕ ਹੈ ਕੁਰਕਾ ਠੀਕ ਹੈ ਮੈਂ ਕਸਤਾ ਉਤਾੜ ਲਾਦੂ ਕਾ ਲਾਦੂ ਕਾ ਮੰਡੀ ਠੀਕ ਹੈ ਆਲ ਬੋਦਲਾ ਠੀਕ ਹੈ ਆਲ ਬੋਦਲਾ ਤੇ ਚੌਕ ਡਿਪੂ ਲਾਉਣਾ ਠੀਕ ਹੈ ਜੀ ਇਹ ਜ਼ਿਆਦਾ ਨੇੜੇ ਨੇ ਇਹ ਮੇਨ ਨੇੜੇ ਨੇੜੇ ਦੇ ਪਿੰਡ ਨੇੜੇ ਠੀਕ ਹੈ ਕੋਈ ਬਾਟ ਦੋ ਤਿੰਨ ਕਿਲੋ ਦੋ ਕਿਲੋਮੀਟਰ ਤੇ ਤਿੰਨ ਤੇ ਤਿੰਨ ਤਿੰਨ ਕਿਲੋ ਬਾਪੂ ਜੀ ਉਮਰ ਕਿੰਨੀ ਹੋ ਗਈ ਤੁਹਾਡੀ ਮੇਰੀ ਉਮਰ 86 ਸਾਲ ਠੀਕ ਹੈ ਜੀ ਤੇ ਵੰਡ ਵੇਲੇ ਕਿੰਨੀ ਕੁ ਉਮਰ ਸੀ ਤੁਹਾਡੀ ਮੈਂ ਵੰਡ ਵੇਲੇ ਨੌ ਸਾਲ ਦਾ ਸੀ ਪੰਜਵੀਂ ਪੜ੍ਹਦਾ ਉੱਧਰ 4 ਸਾਲ ਦਾ ਰੱਖ ਲੈਂਦੇ ਸੀ ਨਾ ਸਕੂਲ 'ਚ ਠੀਕ ਹੈ ਹਾਂ ਪੜ੍ਹਾਉਂਦੇ ਜ਼ਬਰਦਸਤੀ ਪੜ੍ਹਾਉਂਦੇ ਸੀ ਅੱਛਾ ਹਾਂਜੀ ਜ਼ਬਰਦਸਤੀ ਪੜ੍ਹਾਉਣਾ ਜਨਮ ਕਿੱਥੋਂ ਦਾ ਬਾਪੂ ਜੀ ਤੁਹਾਡਾ ਮੇਰਾ ਉੱਥੇ ਦਾ ਜੀ ਹੈ ਕਿਹੜਾ ਪਿੰਡ ਸੀ ਅਲਫ 23 ਵੀ ਜਿੰਦੇ ਜੀ ਅਲਫ 23 ਠੀਕ ਹੈ ਜੀ ਠੀਕ ਹੈ ਤਹਿਸੀਲ ਉਕਾੜਾ ਤੇ ਜ਼ਿਲ੍ਹਾ ਕਿਹੜਾ ਸੀ ਇਹਨੂੰ ਜ਼ਿਲ੍ਹਾ ਮਨਕੁਮਰੀ ਠੀਕ ਹੈ ਇਹਨੂੰ ਮੰਡੀ ਕਿਹੜੀ ਪੈਂਦੀ ਸੀ ਬਾਪੂ ਜੀ ਕਿਹਨੂੰ ਤੁਹਾਡੇ ਪਿੰਡ ਨੂੰ ਸਾਨੂੰ ਉਕਾੜਾ ਪੈਂਦਾ ਸੀ ਉਕਾੜਾ ਸਾਨੂੰ 8-9 ਕਿਲੋਮੀਟਰ ਉਕਾੜਾ ਹਾਂਜੀ ਉਕਾੜਾ ਤੇ ਕੋਈ ਨੇੜੇ ਨੇੜੇ ਦੇ ਉੱਥੋਂ ਦੇ ਪਿੰਡਾਂ ਦੇ ਨਾਂ ਯਾਦ ਨੇ ਤੁਹਾਨੂੰ ਉੱਥੋਂ ਦੇ ਪਿੰਡਾਂ ਦਾ ਨਾਂ ਜੀ ਪਹਿਲਾਂ ਮੇਰਾ ਤੇ 21-22 21-22 23 ਤਾਂ ਮੇਰਾ ਆ ਗਿਆ 24-22 25-26 ਇਹ ਆ ਗਏ ਇਹ 25-26 ਆ ਗਏ ਇਹ ਅਤੇ ਇੱਧਰ ਆ ਗਏ 39-22 40-22 41 42 43 44 ਠੀਕ ਹੈ 44 ਤੱਕ ਇਹ ਪਿੰਡ ਪੈਂਦੇ ਹਾਂਜੀ ਤੇ ਬਾਪੂ ਜੀ ਸ਼ਹਿਰ ਹੋਰ ਕਿਹੜੇ ਕਿਹੜੇ ਸੀ ਨਨਕਾਣਾ ਸਾਹਿਬ ਕਿੰਨੀ ਦੂਰ ਸੀ ਤੁਹਾਡੇ ਨਨਕਾਣਾ ਸਾਹਿਬ ਸਾਨੂੰ ਸਮਝ ਲਓ ਵੀ ਉੱਥੇ 40-45 ਕਿਲੋਮੀਟਰ ਸੀ 40-45 ਕਿਲੋਮੀਟਰ ਸੀ ਚੱਲਿਆ ਠੀਕ ਹੈ ਹਾਂਜੀ ਸਾਨੂੰ ਨੇੜੇ ਤਾਂ ਪੈਂਦਾ ਸੀ ਸਮੁੰਦਰੀ ਲੈਲਪੁਰ ਤਹਿਸੀਲ ਜ਼ਿਲ੍ਹੇ ਦੇ ਠੀਕ ਹੈ ਹਾਂਜੀ ਲੈਲਪੁਰ ਜ਼ਿਲ੍ਹੇ ਦੀ ਤਹਿਸੀਲ ਸਮੁੰਦਰੀ ਸਾਡੇ ਬਿਲਕੁਲ ਸਾਡੇ ਨਾਲ ਕਿਉਂਕਿ ਦਰਿਆ ਤੋਂ ਪਰਲੇ ਪਾਸੇ ਉਹ ਰਜਿਆ ਸੀ ਉਰਲੇ ਪਾਸੇ ਵਿੱਚੋਂ ਰਾਵੀ ਦਰਿਆ ਟੱਪਦਾ ਸੀ ਅੱਛਾ ਤੇ ਬਾਪੂ ਜੀ ਤੁਹਾਡੇ ਪਿੰਡ 'ਚ ਹੋਰ ਕਿਹੜੀਆਂ ਕਿਹੜੀਆਂ ਬਰਾਦਰੀਆਂ ਸੀ ਸਾਡੇ ਬਰਾਦਰ ਇੱਕ ਤਾਂ ਰਾਜ ਸਿੱਖ ਸੀਗਾ ਠੀਕ ਹੈ ਮਜ਼ਬੀ ਸਿੱਖ ਸੀਗੇ ਸ਼ੀਰੀ ਸੂਰੀ ਅੱਛਾ ਦੂਜੇ ਕੰਮੀ ਜਿਵੇਂ ਤਖਾਣ ਲੁਹਾਰ ਹਾਂਜੀ ਅਤੇ ਧੋਬੀ ਵੀ ਘਰ ਸੀਗੇ ਅਤੇ ਜ਼ਿਆਦਾ ਰਾਜ ਸਿੱਖ ਸੀ ਨਹੀਂ ਜੱਟ ਸਿੱਖ ਜ਼ਿਆਦਾ ਸੀਗੇ ਠੀਕ ਹੈ ਲਾਟੀ ਸੀ ਲਾਟ ਹੋਏ ਸੀ ਉਹਨਾਂ ਅੱਛਾ ਫੌਜੀ ਲਾਟ ਸੀ ਉਹਨਾਂ ਠੀਕ ਹੈ ਹਰ ਬੰਦੇ ਨੂੰ ਦੋ ਦੋ ਮਰਬੇ ਠੀਕ ਹੈ ਕਿਸੇ ਨੂੰ ਦੋ ਕਿਸੇ ਨੂੰ ਟਰਾਈ ਕਿਸੇ ਨੂੰ ਅੱਧਾ ਮਰਬਾ ਜਿਵੇਂ ਜਿਵੇਂ ਪੋਸਟਾਂ ਸੀ ਤੇ ਇਹ ਪਿੰਡ ਕਿੱਡਾ ਕੁ ਵੱਡਾ ਸੀ ਬਾਪੂ ਜੀ ਸਾਡਾ ਪਿੰਡ ਦਰਮਿਆਨਾ ਸੀ ਐਡਾ ਵੱਡਾ ਨਹੀਂ ਸੀ ਸਾਡਾ ਪਿੰਡ ਨੇੜੇ ਲੱਗਦਾ ਸੀ ਰਾਏਪੁਰ ਪਿੰਡ ਉਹਦੇ 'ਚ ਰਾਵਾਂ ਸਿੰਘਾਂ ਦੀ ਜ਼ਿਆਦਾ ਆਬਾਦੀ ਸੀ ਜੰਗਪੁਰ ਸੀ ਉੱਥੇ ਵੀ ਰਾਵਾਂ ਸਿੰਘਾਂ ਦੀ ਠੀਕ ਹੈ ਹਾਂਜੀ ਤੇ ਗੁਰਦੁਆਰਾ ਸਾਹਿਬ ਹੈਗਾ ਸੀ ਪਿੰਡ 'ਚ ਹੈਗੇ ਸਾਡੇ ਗੁਰਦੁਆਰਾ ਸਾਹਿਬ ਹੈਗਾ ਸੀਗਾ ਜੀ ਠੀਕ ਹੈ ਹਾਂਜੀ ਸਕੂਲ ਵੀ ਹੈਗਾ ਸੀ ਸਕੂਲ ਵੀ ਹੈਗਾ ਮੈਂ ਸਕੂਲ ਦੂਜੀ ਕਲਾਸ ਦਾ ਸੀਗਾ ਦੂਜੀ ਜਮਾਤ ਦਾ ਹਾਂਜੀ ਤੇ ਬਾਪੂ ਜੀ ਤੁਸੀਂ ਉੱਥੇ ਪੜ੍ਹਦੇ ਸੀ ਮੈਂ 24 ਹਾਂ ਜੀ ਤੀਜੀ 'ਚ ਅੱਛਾ 24 ਚੱਕ 24 ਚੱਕ ਪੜ੍ਹਦੇ ਸੀ ਤੁਸੀਂ 24 ਚੱਕ ਸਾਨੂੰ ਕਿਲੋ ਡੇਢ ਕਿਲੋਮੀਟਰ ਪੈਂਦਾ ਸੀ ਚੜ੍ਹਦਿਆਂ ਠੀਕ ਹੈ ਹਾਂਜੀ ਤੇ ਬਾਪੂ ਜੀ ਕੋਈ ਤੁਹਾਡੇ ਜਿਹੜੇ ਬਚਪਨ ਦੇ ਦੋਸਤ ਮਿੱਤਰ ਸੀ ਉਹਨਾਂ ਦੇ ਨਾਂ ਯਾਦ ਨੇ ਤੁਹਾਨੂੰ ਉਹ ਉਹਨਾਂ ਦੇ ਨਾਂ ਤਾਂ ਯਾਦ ਨੇ ਪਰ ਉਹਨਾਂ ਦਾ ਪਤਾ ਨਹੀਂ ਉਹ ਵਿਚਾਰੇ ਮਰ ਗਏ ਚੱਕਰ ਅੱਗੇ ਇੱਕ ਛੋਟਾ ਮੁੰਡਾ ਇੱਕ ਤਾਂ ਉਹ ਵੱਡਾ ਮੁੰਡਾ ਉਹ ਸਾਡਾ ਬੇਲੀ ਜ਼ਿਆਦਾ ਰਹਿਣ ਵਾਲੀ ਸੀ
वरियाम अली, अच्छा, ते दूजा हशमत राय, हाँ नहीं हशमत अली राय ने, ठीक है, हशमत अली, ये ज्यादा वड्डे सी, ते ये साड़ी जमात तीजी जमात दे सी, साड़े मिनिस्टर वो उन्हें अगले इन्हीं की तरफ आखिर था, ठीक है, हाँ जी, ते बापू जी उत्थे लोग खेतीबाड़ी वगैरह काम दी करते सी, काम ही ज्यादा सी, साड़े खेती ही ज्यादा, नरमा ज्यादा होंदा सी, कणक ज्यादा, अच्छा, वो तीजी नहीं, नरम ते नरमा होंदा सी, ठीक है, कणक होंदी सी, कणक होंदी सी, ठीक है, ते बापू जी तुसी कदी किसे शहर गए सी, शहर उकाड़े जाईदे सी, उकाड़े जदों मंडी जाना नरमे दे गड्ढे लद्दने ते चले जाना, अज मैं भी जाना, ले चलो भाई चलो चल चलिए यार, आ जाओ बह जाओ, ले जाते सी, ठीक है, उकाड़े जाते रहे। बापू जी जिहड़ी सन 47 दी वंड होई है इहदा किवें पता लगा सी तुहानूं? सानू तां साडे पिंड दा भुपिंदर दा दादा, इहने आखिआ भाई सोहन सिंह गुरदेव सिंह वंड हो गई है, मैं तां चलिआ आ मेरा खड़ोता उठ, रेहड़ी खड़ोती है, जे मैं आ जावां ते आ जाए, अब तां तुहानूं इत्थों जाणा पैणा जी, अच्छा, ये फिर गड्डी चढ़िया उकाड़ियो, ये आ गए इत्थे भाई भगत, ठीक है, इन्हें तो आना ही सीगा, ये अठवें सतवें दिन असी बाई ते बाई बाई नूं निकलिआ जी, बाई बाई अगस्त, बाई अगस्त नूं, ठीक है, ते गड्डियां ते आए हो फिर? गड्डियां ते आए, उत्थे ऐलान हो गया साडे इलाके जी, उकाड़े चार चक कट्ठे हो जाओ, अच्छा, चार चक कट्ठे हो जाओ, ठीक है, नहीं तो मारे जाओगे, फिर 14-15 किलोमीटर दे विच काफला बन गया साडा, ते नाल ही सानू डोगरा फौज मिल गई, अच्छा, हाँ जी, डोगरे तुरे आए साडे नाल, एक रात सानू राज पई, कित्थे रुके हो पहली रात? असीं चुके हां पिछे, मैनूं पिंड दा नां नहीं याद जी, पर उत्थे ओवें ही जिवें गड्डे सी रोकदे हो भाई, हाँ जी, ते पर दूजी रात फिर असीं कॉलेज आ के रहे, ਕਿੱਥੇ? ਐਮਆਰ ਕਾਲਜ, ਐਮਆਰ ਕਾਲਜ, ਹਾਂਜੀ, ਆ ਕੇ ਇੱਥੇ ਇੱਥੇ ਰੁਕੇ ਹੋ, ਸਾਡਾ ਨੁਕਸਾਨ ਨਹੀਂ ਹੋਇਆ ਇੱਕ ਸੂਈ ਦਾ ਕਿਸੇ ਦਾ ਵੀ, ਠੀਕ ਹੈ ਜੀ, ਸਹੀ ਸਲਾਮਤ ਸਾਰੇ, ਨਹੀਂ ਤਾਂ ਅਮੂਮਨ ਤੁਸੀਂ ਸੁਣਦੇ ਜੀ ਆ ਗਏ ਕਾਫਲੇ ਦੇ ਕਾਫਲੇ ਵੱਡੇ ਗਏ ਜੀ, ਬਿਲਕੁਲ ਕੋਈ, ਬਿਲਕੁਲ ਬਿਲਕੁਲ ਜੀ, ਤੇ ਬਾਪੂ ਜੀ ਫਿਰ ਅਲਾਟਮੈਂਟ ਕਿੱਥੇ ਹੋਈ ਹੈ ਤੁਹਾਨੂੰ? ਸਾਨੂੰ, ਹਾਂਜੀ, ਸਾਨੂੰ ਅਲਾਟਮੈਂਟ ਹੋਈ ਸੀ ਕਰਨਾਲ, ਹਰਿਆਣੇ ਚ, ਹਾਂਜੀ, ਹਾਂ ਪਹਿਲਾਂ ਉਦੋਂ ਰਹਿਣਾ ਨਹੀਂ ਪੰਜਾਬ ਹੀ ਸੀ, ਉੱਥੇ ਤਾਏ ਨੂੰ ਦਿੱਤਾ, ਅਸੀਂ ਆ ਗਏ ਨਾਨਕਿਆਂ 'ਤੇ, ਇੱਥੇ ਲੱਗੇ ਕੜਾਈਆਂ, ਠੀਕ ਹੈ, ਇੱਥੇ ਅਸੀਂ ਰਹੇ, ਇਸ ਤੋਂ ਬਾਅਦ ਫਿਰ ਆਪਦਾ ਕੰਮ ਚਲਾਉਂਦੇ ਰਹੇ, ਚੱਲਦਾ ਰਿਹਾ, ਅਤੇ ਉਹ ਤੋਂ ਬਾਅਦ ਫਿਰ ਇੱਥੇ ਇੱਕ ਸ਼ੇਰ ਸੀਗਾ, ਉਹਨੇ ਆ ਗਿਆ ਯਾਰ ਮੇਰੀ ਨੌਕਰੀ ਕਰੋ, ਤੁਸੀਂ ਕਰ ਲਈ ਨੌਕਰੀ ਤੋਂ ਬਾਅਦ, ਉਹ ਕਹਿੰਦੇ ਯਾਰ ਛੱਡੋ ਪਰਾਂ, ਤੁਸੀਂ ਐਂ ਕਰੋ, ਤੁਸੀਂ ਮੀਂਹ ਨਹੀਂ ਲੈ ਲਓ ਮੇਰੀ, ਉਹ ਸਾਨੂੰ ਦੂਜੀ ਉਹਨੇ ਵੇਚਤੀ, ਸਾਨੂੰ 6 ਕਿੱਲੇ ਦੇ ਗਏ, 6 ਕਿੱਲੇ ਜ਼ਮੀਨ ਦੇ ਗਿਆ, ਉਹ 6 ਤੋਂ ਵਧਾਉਂਦੇ ਵਧਾਉਂਦੇ ਅਸੀਂ ਹੋਈ 30 ਕਿੱਲੇ, ਅੱਛਾ, ਹਾਂਜੀ ਹਾਂਜੀ, ਸਾਡੇ ਦੋਨੋਂ ਭਰਾਵਾਂ ਕੋਲ 30 ਕਿੱਲੇ, ਠੀਕ ਹੈ, ਅਤੇ ਫਿਰ ਬਾਪੂ ਜੀ ਇੱਥੇ ਕਦੋਂ ਆਏ ਹੋ ਤੁਸੀਂ? ਇੱਥੇ ਅਸੀਂ ਆਏ 58 'ਚ, 58 'ਚ, 57 'ਚ ਆਏ ਅਸੀਂ ਜੀ, ਠੀਕ ਹੈ, ਹਾਂ 57 'ਚ, ਅਤੇ ਜਿਵੇਂ ਬਾਪੂ ਜੀ ਤੁਸੀਂ ਉੱਥੇ 4th class 'ਚ ਦੱਸਦੇ ਹੋ ਪੜ੍ਹਦੇ ਸੀ, ਫਿਰ ਇੱਥੇ ਆ ਕੇ ਵੀ ਪੜ੍ਹਾਈ ਜਾਰੀ ਰੱਖੀ? ਪੰਜਵੀਂ ਮੈਂ ਕੀਤੀ ਜੀ, ਪੰਜਵੀਂ ਕੀਤੀ, ਪੰਜਵੀਂ ਪੜ੍ਹਦਾ ਆਇਆ ਜੀ, ਹਾਂ ਇੱਥੇ ਆ ਕੇ ਪੜ੍ਹਾਈ, ਫਿਰ ਲੱਕੇ ਕਰਾਈਆਂ 10 ਹੋਇਆ, ਫਿਰ ਫਾਜ਼ਲ ਹੋਇਆ ਜੀ, ਉਹ ਤੋਂ ਫਾਜ਼ਿਲਕਾ 5ਵੀਂ ਦਾਖਲ ਫਿਰ ਉਹਨਾਂ ਨੇ 5ਵੀਂ ਦਾਖਲ ਕਰਤਾ, ਅੱਛਾ, ਮੈਂ 56 'ਚ ਮੈਟ੍ਰਿਕ ਕੀਤੀ, ਠੀਕ ਹੈ, ਅਤੇ 56 'ਚ ਹੀ ਅਸੀਂ, ਮੇਰੇ ਇੱਕ ਰਿਸ਼ਤੇਦਾਰ ਸੀਗਾ, ਇੱਕ ਪਾਕਿਸਤਾਨ ਦਾ ਦੋਸਤ ਸੀਗਾ ਸ਼ਹਿਰ ਸਿੰਘ, ਅਸੀਂ ਚਲੇ ਗਏ ਸਾਰ, ਅਤੇ 5ਵਾਂ ਮੇਰੇ ਖਿਆਲ ਜਿੰਦਾ ਹੋਣਾ ਜਲਾਲਾ ਵਾ, ਜੋ 5 ਨੇ ਗਏ ਸੀ, ਉਹ ਡਾਕਟਰਾਂ ਦੀ ਡੰਗਰ ਡਾਕਟਰਾਂ ਵਾਸਤੇ, ਠੀਕ ਹੈ, ਉਹ 4 ਤਾਂ ਉਮਰ ਪੂਰੀ, ਮੇਰੀ ਉਮਰ ਘੱਟ, ਉਹ ਕਹਿੰਦੇ ਜੀ ਤੁਹਾਡੀ ਉਮਰ ਘੱਟ ਹੈ ਜੀ, ਅੱਛਾ, ਤੁਸੀਂ ਇੰਤਜ਼ਾਰ ਕਰੋ, ਇਹ 4 ਸਿਲੈਕਟ ਨੇ, ਮੈਂ ਆਇਆ ਫਿਰ ਆਉਂਦੇ ਪਤਾ ਲੱਗਿਆ ਪਰਿਵਾਰ ਦੀਆਂ ਪੋਸਟਾਂ ਨਿਕਲੇ ਨੇ, ਕੈਰੋਂ ਸਾਹਿਬ ਦੀ ਮਿਹਰਬਾਨੀ ਹੋਈ, ਠੀਕ ਹੈ, ਕਿੰਨੀਆਂ ਪੋਸਟਾਂ, ਅਸੀਂ ਦਾਖਲ ਹੋ ਗਏ ਫਿਰੋਜ਼ਪੁਰ, ਅੱਛਾ, ਨਾਗਰਮਲ ਸਕੂਲ ਸੁਲੈਕ ਸਾਡਾ 240 ਬੰਦੇ ਸੀਗੇ, ਠੀਕ ਹੈ ਜੀ, ਹਾਂਜੀ, ਅਤੇ ਫਿਰ ਤੁਸੀਂ ਪਟਵਾਰੀ ਭਰਤੀ ਹੋਏ? ਹਾਂਜੀ ਮੈਂ ਭਰਤੀ ਹੋ ਗਿਆ, ਠੀਕ ਹੈ, ਅਤੇ ਬਾਪੂ ਜੀ ਉਦੋਂ ਇੱਥੋਂ ਦਾ ਮਾਹੌਲ ਕਿਵੇਂ ਦਾ ਸੀ ਜਦੋਂ ਇੱਥੇ ਆਏ ਹੋ ਤੁਸੀਂ? ਮਾਹੌਲ ਇੱਥੇ ਬੰਦ ਪਏ ਸੀ,
सारे मकान गूंज है मोल जिमें उजड़ा होंगे उजड़ा जाए ये पिंड पक्के सी के कच्चे सी उदों उदों तो कच्चे सी अच्छा। पक्के हुए ठीक है वो सारी जो रास्ते बिल्डिंग एक सर्वर की पक्कियां सी दूजी सारे कच्चे सी तो तक बापू जी इत्थों दे कोई मुसलमाना दे परिवारां नूं जां तुसीं किसे नूं जानदे हो इत्थे दे परिवारां नूं जिहड़ी तुसीं हवेली की गल कर रहे सी कि सारी इक्को हवेली सी हाँ जी इह किहदी हवेली सी इह सी ये मुंडे का तो सारे दो ही सी बेचारे श्याम मंदिर एक तो है ही नहीं सी उहदे घरे औलाद कोई दो सी दूजे के घरे भी औलाद कोई नहीं सी अच्छा मिले हुआ सी उहदे घरे औलाद कोई नहीं आई तीजे के घरे औलाद सी ये उवें ही गए चले बुढ़ा सी आप श्याम मंदिर हाँ जी श्याम मंदिर अच्छा हाँ जी ते ए बापू जी पुत्र है ममन सरवर सी ऑर्डिनरी मजिस्ट्रेट हाँ जी की नाम सी उहदा ममन सरवर मोहम्मद सरवर ममन सरवर ठीक है ਤੇ ਉਹ ਉਹਦਾ ਉੱਥੇ ਵੱਖਰਾ ਪ੍ਰੋਗਰਾਮ ਸੀ ਆਪਣਾ ਕਿਹੜੀ ਜਗ੍ਹਾ ਇਕੱਠੀ ਹੋ ਰਹੀ ਆਪਣੀ ਇਹ ਫਿਰ ਇੱਕ ਵਾਰ ਉੱਥੇ ਇਹ ਦਾਦਾ ਕੇ ਮੱਥਾ ਉਹ ਜਾਂਦੇ ਨੇ ਉਜ਼ੂ ਕਰਨ ਮਸਜਿਦ ਉਹ ਕਹਿੰਦਾ ਤੁਸੀਂ ਆ ਗਏ ਆਖਿਆ ਤੇ ਯਾਰ ਇੰਨੀ ਜਾਇਦਾਦ ਦਾ ਮਾਲਕ ਹੋ ਗਏ ਤੇ ਤੂੰ ਮਸਜਿਦ ਨਹੀਂ ਬਣਾ ਸਕਿਆ ਉਹਨੇ ਫਿਰ ਆ ਮਸਜਿਦ ਕਿੱਥੇ ਬਣਾਈ ਜਿਹੜਾ ਹੁਣ ਗੁਰਦੁਆਰਾ ਨਾ ਜੀ ਇਹ ਮਸਜਿਦ ਹੈ ਠੀਕ ਹੈ ਉਹ ਸਾਡੀ ਜਿਹੜੇ ਹੁਣ ਤੁਸੀਂ ਲੰਘ ਕੇ ਗੁਰਦੁਆਰਾ ਸਾਹਿਬ ਉੱਥੇ ਪਹਿਲਾਂ ਮਸਜਿਦ ਸੀ ਹਾਂ ਮਸਜਿਦ ਸੀ ਉਹ ਮੁਹੰਮਦ ਸਰਵਰ ਨੇ ਮਸਜਿਦ ਮਸਜਿਦ ਖੜੀ ਆ ਅੱਛਾ ਹਾਂਜੀ ਅਸੀਂ ਅੱਗੇ ਬਣਾਇਆ ਗੁਰਦੁਆਰਾ ਇਹ ਮੁਹੰਮਦ ਸਰਵਰ ਨੇ ਬਣਵਾਈ ਸੀ ਹਾਂਜੀ ਉਹ ਮੁਹੰਮਦ ਸਰਵਰ ਨੇ ਬਣਵਾਇਆ ਤੇ ਇਹ ਮੁਹੰਮਦ ਸਰਵਰ ਕਿੱਥੇ ਰਹਿੰਦਾ ਸੀ ਮੁਹੰਮਦ ਸਰਵਰ ਦੀ ਕੋਠੀ ਤੁਸੀਂ ਫਾਜ਼ਿਲਕਾ ਗਏ ਐਸ ਡੀ ਓ ਦੀ ਪੁਰਾਣੀ ਕੋਰਟ ਨਹੀਂ ਜੀ ਇੱਧਰ ਬਾਟਾ ਸਾਈਡ ਜਾਏਗੀ ਅੱਛਾ ਇਹ ਉਹ ਮੁਹੰਮਦ ਸਰਵਰ ਦੀ ਕੋਠੀ ਇਹ ਬੜਾ ਤਕੜਾ ਸੀ ਇਹਦੀ ਕੋਠੀ ਇੱਕ ਉਹ ਜਿੱਥੇ ਡੀ ਐਸ ਪੀ ਉਰਲੇ ਪਾਸੇ ਰਹਿੰਦਾ ਆਪਣੇ ਡੀ ਆਪਣੇ ਗੌਰਮੈਂਟ ਹਾਈ ਸਕੂਲ ਦੇ ਸਾਹਮਣੇ ਕਰਕੇ ਠੀਕ ਹੈ ਜੀ ਡੀ ਐਸ ਪੀ ਦੀ ਕੋਠੀ ਅਤੇ ਵੀ ਉਹਦੀ ਸੀ ਮੁਹੰਮਦ ਸਰਵਰ ਅੱਛਾ ਇਹ ਬਾਪੂ ਜੀ ਕੌਣ ਕੋਈ ਵੱਡਾ ਜਗੀਰਦਾਰ ਸੀ ਇੱਥੋਂ ਦਾ ਹਾਂ ਜਗੀਰਦਾਰ ਸੀ ਪੜ੍ਹਿਆ ਲਿਖਿਆ ਸੀ ਅੱਛਾ ਦੋ ਭੈਣ ਭਰਾ ਸੀ ਠੀਕ ਹੈ ਮਾਂ ਪਿਓ ਮਰ ਗਿਆ ਸੀ ਠੀਕ ਹੈ ਇਹ ਦੋਨੋਂ ਇੰਗਲੈਂਡ ਦਾਖਲ ਕਰਾ ਗਿਆ ਸੀ ਇਹਨਾਂ ਤੋਂ ਅਖਬਰ ਨਹੀਂ ਅੱਛਾ ਇੰਗਲੈਂਡ ਹੀ ਪੜ੍ਹੇ ਨੇ ਇੰਗਲੈਂਡ ਹੀ ਸਾਰਾ ਫਿਰ ਜਿਹੜੀ ਵੱਡੀ ਭੈਣ ਸੀ ਉਹ ਗੁਜ਼ਰ ਗਈ ਉੱਥੇ ਉਹਨੂੰ ਫਿਰ ਲਿਆਇਆ ਇੱਥੇ ਇੱਥੇ ਬਹਿਕਸਟ ਅਵਤਾਰ ਉੱਥੇ ਦਫਨਾਇਆ ਠੀਕ ਹੈ ਉਹਦਾ ਪਿੰਡ ਅੱਧਾ ਸੀ ਉਹਨੇ ਉੱਥੇ ਦਫਨਾਇਆ ਠੀਕ ਹੈ ਆਪ ਫਿਰ ਔਨਰੇਰੀ ਮੈਜਿਸਟਰੇਟ ਲੱਗ ਗਿਆ ਅੱਛਾ ਇੱਥੋਂ ਔਨਰੇਰੀ ਮੈਜਿਸਟਰੇਟ ਹੀ ਗਿਆ ਇੱਥੋਂ ਜਦੋਂ ਗਏ ਤੇ ਇਹਨਾਂ ਦੇ ਕੋਲ ਬਾਪੂ ਜੀ ਕਿੰਨਾ ਕੁ ਏਰੀਆ ਸੀ ਇਹਨਾਂ ਕੋਲ ਕੋਈ ਮੈਨੂੰ ਇੰਨਾ ਯਾਦ ਤਾਂ ਨਹੀਂ ਮੈਂ ਤਾਂ ਕਾਗਜ਼ਾਂ 'ਚ ਪੜ੍ਹਿਆ ਅਕਬਰ ਅਲੀ ਦਾ ਇੱਕ ਗੁਲਾਮ ਰਸੂਲ ਆ ਅਤੇ ਕੁਛ ਉਹ ਬੈਕਸਟ ਅਵਤਾਰ ਠੀਕ ਹੈ ਇੰਨਾ ਮੈਂ ਤਾਂ ਕਾਗਜ਼ਾਂ 'ਚ ਇੰਨਾ ਕੁ ਪੜ੍ਹਿਆ ਮੈਨੂੰ ਪੂਰਾ ਯਾਦ ਨਹੀਂ ਹੈ ਮੈਂ ਹਾਂਜੀ ਬਾਪੂ ਜੀ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਸੀ ਵੀ ਉਹਨਾਂ ਦੇ ਕੋਲ 12 ਪਿੰਡ ਸਨ ਉਹ ਕੌਣ ਸੀ ਉਹ ਇਹਨਾਂ ਦਾ ਦਾਦਾ ਸੀਗਾ ਉਹ ਵੀ ਉਹ ਸੀ ਉਹ ਤਾਏ ਚਾਚਿਆਂ 'ਚੋਂ ਦਾਦਾ ਸੀ ਉਹਨਾਂ ਦਾ ਨਾਮ ਯਾਦ ਆ ਤੁਹਾਨੂੰ ਸ਼ਾਹ ਮੁਹੰਮਦ ਸ਼ਾਹ ਮੁਹੰਮਦ ਹਾਂਜੀ ਉਹਨਾਂ ਦੇ ਅੰਡਰ ਸੀ ਇਹ 12 ਪਿੰਡ ਸੀ ਮੁੰਡਿਆਂ ਦਾ ਨਾਮ ਨਹੀਂ ਯਾਦ ਮੁੰਡਿਆਂ ਦਾ ਨਾਮ ਉਹਦੇ ਮੁੰਡੇ ਦਾ ਨਾਮ ਯਾਦ ਹੈ ਮੁਹੰਮਦ ਸਰਵਰ ਦੇ ਮੁੰਡੇ ਖਾਵਰ ਵਾਲੀ ਕਸ਼ਟ ਮਕਾਮ ਦਾ ਜਿਵੇਂ ਉਹਦਾ ਅਫਸਰ ਸੀ ਵੱਡਾ ਠੀਕ ਹੈ ਹਾਂਜੀ ਇਹ ਹੈ 76 72 73 'ਚ ਗਿਆ ਸੀ ਸਾਡੇ ਇੱਥੋਂ ਹਜ਼ਾਰਾ ਸਿੰਘ ਉਹਦਾ ਪਿੰਡ ਵੀ ਨਾਲ ਸੀ ਉੱਥੇ ਅਫਸਰ ਬਣ ਗਿਆ ਉਹਨੇ ਦੱਸਿਆ ਠੀਕ ਹੈ ਤੇ ਬਾਪੂ ਜੀ ਇਹ ਪਰਿਵਾਰ ਫਿਰ ਇੱਥੋਂ ਉੱਠ ਕੇ ਕਿੱਥੇ ਗਏ ਨੇ ਪਤਾ ਤੁਹਾਨੂੰ ਕੁਛ ਇਹਦੇ ਬਾਰੇ ਇਹਦਾ ਨਹੀਂ ਪਤਾ ਜੀ ਇਹ ਉਹਦਾ ਪਤਾ ਸੀ ਉਹ ਦੱਸਿਆ ਨਾ ਉਹ ਤਾਂ ਪਾਕ ਪਤਨ ਠਹਿਰੇ ਠੀਕ ਹੈ ਉੱਥੋਂ ਪਤਾ ਲੱਗਿਆ ਕਿ ਨਵਾਬ ਮਮਦੌਰ ਵੀ ਆ ਗਿਆ ਅਤੇ ਉਹ ਫਿਰ ਇੱਥੋਂ ਸਿੰਧ ਚਲਾ ਗਿਆ ਮੁਹੰਮਦ ਸਰਵਰ ਜੀ ਦਾ ਨਹੀਂ ਸਿੰਧ ਚਲਾ ਗਿਆ ਸਿੰਧ ਚਲੇ ਗਏ ਸਿੰਧ ਠੀਕ ਹੈ ਅਤੇ ਉਹਦਾ ਮੁੰਡਾ ਇੱਥੇ ਰਹਿ ਗਿਆ ਉਹਨੂੰ ਅਲਾਟ ਹੋ ਗਈ ਅਤੇ ਉਹ ਰਹਿ ਗਿਆ ਇੱਥੇ ਉਹ ਇੱਥੇ ਰਹਿ ਗਿਆ ਉਹ ਇੱਥੇ ਹੀ ਉਹਦਾ ਹੁਣ ਪਰਿਵਾਰ ਇੱਥੇ ਹੀ ਠੀਕ ਹੈ ਅਤੇ ਬਾਪੂ ਜੀ ਜਿਹੜੀ ਇਹ 1947 ਦੀ ਵੰਡ ਤੋਂ ਬਾਅਦ ਹੱਦਬੰਦੀ ਹੋਈ ਹੈ ਇਹਦੇ ਬਾਰੇ ਕੁਝ ਦੱਸੋ ਸਾਨੂੰ
मैं ये बारे की दसा जिहड़ी जिहड़ी आदत ने ना, एक साडा भगत इंद्र नारायण तहसीलदार सी नायब तहसीलदार गणेश दास कानूगो महावीर पटवारी ठाकर सिंह पटवारी ठीक है एक मैं कश्मीर सिंह पटवारी ठीक है हाँ जी ते एक मोहन लाल कानूगो होंदा सी दो कानूगो सी तीन असी पटवारी सी एक साडे नाल नायब तहसीलदार सी अच्छा हाँ असी जलालाबाद तक अदा ने उधरले आउंदे सी मुसलमान आते सारा जी लै के नक्शे नुक्शे इधर असं ला जा मिला के हद कटी जाए हदबंदी निशानदेही की पक्की करी जानी फाजिलका तो जलालाबाद तक की हाँ जलालाबाद तक असं किया जी ठीक है गड्डी गट्टी अजाबा तक अजाबे तो अगे टाक ना उत्थे बंद हो गया गुरु साहिब फिर उस पर वो एरिया वक्रा हो गया ठीक है ते बापू जी ताडे हुण इस पिंड दे विच कोई पुरानियां निशानियां खड़ियां ने इस टाइम एक तो वो अपने सामने दरवाजा ही खड़ा है ठीक है हाँ जी ते मस्जिद खड़ी है वधिया इधर ठीक है मेरे पास पुरानियां ने हुण मस्जिदां नूं किन्ने संभालना कौन संभाले हाँ जी खड़ियां ने ते बापू जी ताडे हुण इस पिंड दे विच होर किहड़े किहड़े पिंडां दे लोक बैठे आ गए इत्थे पिंड ज्यादा तां पाक पतन दे ने अच्छा पाक पतन तो आए ने तहसील पाक पतन तो ठीक है ते कुछ इतने लोकल भी सी लोकल जमीन नहीं सी उसकी राखी गांव दे सी अच्छा जमीन हिस्से ते गाउणी शामल को जमीन वादू सी इन्होंने इन्होंने दे छड़ी चलो वाई चलो खाई चलो ठीक है ते जिहड़े बापू जी तुहाडे उधरों पिंड तो आए आ वह सारे इत्थे ही बैठे आ ना ना साडे तो साडे पिंड दे तां कल्ले ही असीं इक घर ही आ तुहाडा इत्थे साडा इक घर बाकी होर पता तुहानू बाकी गुआंढी पिंडां दे 42 दे ने कोई 44 दे ने कोई 40 नंबर दे भी इक दो दो घर नहीं तुहाडे पिंड दे होर कित्थे कित्थे बैठे आ साडे पिंड दा कई लोकल जिन्ने सी फौजी फौजी तां आप लुधियाणे दे सी ओह चले गए उत्थे ठीक है भगते वाले दो भरा उत्थे चले गए इसे तरह सीधे अपने अमृतसर दे सी दो तीन घर ठीक है फौजी लाट सी उन्होंने अपने लाट इत्थे आके आपो अपने इलाके चले गए ठीक है ते बापू जी तुसी कदे दोबारा गए हो उहदा पिंड वेखण नहीं मैं दोबारा जाना सीगा अच्छा गया जा ही नहीं सके ना ही कोई इजाजत मिली पहले तो जाते सी चोरी छप्पी उदों असी नहीं जा सके हैगे छोटे सी नहीं घर याद आ तुहानू आपदा उत्थे घर पूरा याद खूह बन गई पौनी लाती दो तीन पौनिया लाती पानी खिंच के ठीक है पानी भरना अच्छा दूजे पासे आ गली आ गई तीजा आ गई ऐसे तरह ਸਾਡਾ ਨਾਲ ਹੀ ਇਹਦੇ ਘਰ ਇੱਥੇ ਘਰ ਸੀ ਚੌਂਕ ਦੇ ਕੋਲ ਹੀ ਸੀ ਹਾਂ ਚੌਂਕ ਦੇ ਕੋਲ ਇੱਥੇ ਗੁਰਦੁਆਰਾ ਸੀਗਾ ਠੀਕ ਹੈ ਸਾਈਡ 'ਤੇ ਅਸੀਂ ਐਸਾ ਠੀਕ ਹੈ ਬਾਪੂ ਜੀ ਇਹ ਜਿਹੜੀ ਤੁਹਾਡੀ ਵੀਡੀਓ ਬਣੀ ਹੈ ਹੋ ਸਕਦਾ ਕਿ ਤੁਹਾਡੇ ਉੱਥੋਂ ਦੇ ਪਿੰਡ ਵਾਲੇ ਲੋਕ ਵੀ ਵੇਖਣ ਹਾਂਜੀ ਵੇਖ ਲੈਣ ਠੀਕ ਹੈ ਜੀ ਤੁਸੀਂ ਆਪਦੇ ਪਿੰਡ ਦੇ ਲੋਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਪਿੰਡ ਦੇ ਲੋਕ ਇਸ ਵੇਲੇ ਉੱਥੇ ਕਿਹੜਾ ਹੋਏ ਯਾਰ ਕਿਉਂਕਿ ਸਾਡੀ ਆਬਾਦੀ ਜ਼ਿਆਦਾ ਮਤਲਬ ਹਿੰਦੂ ਸੀ ਠੀਕ ਹੈ ਮੁਸਲਮਾਨ ਤਾਂ ਧੋਬੀ ਸੀਗੇ ਦੋ ਘਰ ਅਤੇ ਮਜਬੀ ਸਿੱਖ ਵੀ ਆ ਗਏ ਸੀ ਆਪਣੇ ਨਾਲ ਸਾਰੇ ਤਕਰੀਬਨ ਇੱਧਰ ਹੀ ਆ ਗਏ ਆ ਗਏ ਸੀ ਠੀਕ ਹੈ ਅਤੇ ਧੋਬੀਆਂ ਦੇ ਘਰ ਹੀ ਸੀਗੇ ਅਤੇ ਜਾਂ ਇੱਕ ਵਿਕਾਰੀ ਜਿਹਨੂੰ ਕਹਿੰਦੇ ਪਸ਼ੂਆਂ ਪਸ਼ੂਆਂ ਇੱਕੋ ਘਰ ਸੀਗਾ ਹੋਰ ਸਾਡੇ ਹੈ ਹੀ ਨਹੀਂ ਸੀਗਾ ਠੀਕ ਸਾਡਾ ਘਰ ਹੀ ਪਿੰਡ ਖਾ ਲਈ ਠੀਕ ਹੈ ਹਾਂਜੀ ਸਾਰਾ ਟੋਟਲ ਖਾ ਲਈ ਠੀਕ ਹੈ